ਜੀ ਸਾਡਾ ਅੱਜ ਦਾ ਟੂਰ ਜਨਾਬ ਰਾਵਲਪਿੰਡੀ ਤੋਂ ਜਨਾਬ ਇਸਲਾਮਾਬਾਦ ਤੋਂ ਗੁਜਰਾਂਵਾਲਾ ਅਤੇ ਰਸਤੇ 'ਚ ਅੱਜ ਰਸਤੇ ਬੰਦ ਨੇ ਜਨਾਬ। ਇਮਰਾਨ ਖਾਨ ਸਾਹਿਬ ਦਾ ਇਤਜਾਜ ਦਾ ਐਲਾਨ ਹੋਇਆ ਅਤੇ ਜਨਾਬ ਰੋਡ ਗਲੀਆਂ ਜਗ੍ਹਾ ਜਗ੍ਹਾ ਜਨਾਬ ਜਿਹੜਾ ਕਿ ਉਹ ਕੰਟੇਨਰ ਲੱਗ ਗਏ ਨੇ ਇੱਧਰੋਂ ਉੱਧਰੋਂ ਹੋ ਕੇ ਅਤੇ ਅਸੀਂ ਜਨਾਬ ਨਿਕਲ ਆਏ ਅਤੇ ਰਸਤੇ ਜਿਹੜੀ ਜਿਹੜੀ ਕੋਈ ਅੱਛੀ ਕੋਈ ਜਗ੍ਹਾ ਆਏਗੀ ਤੁਹਾਨੂੰ ਦਿਖਾਉਂਦੇ ਰਹਾਂਗੇ ਜਨਾਬ। ਰਾਵਲਪਿੰਡੀ ਤੋਂ ਗੁਜਰਾਂਵਾਲਾ ਇਹ ਸਾਡਾ ਵਿਲਾਗ ਹੈ ਜਨਾਬ ਅਤੇ ਦੇਖਿਓ ਜ਼ਰੂਰ। ਇਹ ਜਨਾਬ ਅਸੀਂ ਬੈਰੀਆ ਟਾਊਨ ਕ੍ਰਾਸ ਕਰ ਰਹੇ ਹਾਂ ਕੁਰੰਗ ਨਾਲਾ ਗੁਲਬਰਗ ਗ੍ਰੀਨ ਗੁਲਬਰਗ ਵਾਈਡ ਐਂਗਲ 'ਤੇ ਰੱਖਿਆ ਮੂਨ ਵਾਈਡ ਐਂਗਲ ਹੈ ਗਿਆ ਸੁਪਰ 'ਤੇ ਸੁਪਰ ਵਿਊ 'ਤੇ ਰੱਖਿਆ ਵਾਈਡ ਐਂਗਲ 'ਤੇ ਰੱਖਿਆ ਗੋਪਰ ਅੱਛਾ। ਬਹੁਤ ਹੀ ਗਲਤ ਰਸਤਾ ਹੁੰਦਾ ਸੀ ਇਹ ਜੀ ਕਿਸੇ ਟਾਈਮ, ਲੇਕਿਨ ਕਾਫੀ ਟਾਈਮ ਲੱਗ ਗਿਆ, 2-3 ਸਾਲ ਲੱਗ ਗਏ ਨੇ, ਲੇਕਿਨ ਰੋਡ ਬੜਾ ਬਿਹਤਰੀਨ ਬਣ ਗਿਆ ਇਹ। ਸਫ਼ਰ ਸ਼ੁਰੂ ਜੀ, ਸਵਾ ਪੁਲ ਜੀ ਸਵਾ ਪੁਲ ਕਾ
ਬਲਾਕ ਪੁੱਲ ਵੀ ਇਹਨੂੰ ਕਹਿੰਦੇ ਨੇ, ਮਾਡਲ ਟਾਊਨ ਹੁਮਕ ਵਾਲਾ ਪੁੱਲ ਵੀ ਕਹਿੰਦੇ ਨੇ। ਇਹ ਪੁੱਲ ਨਵਾਂ ਤਿਆਰ ਹੋਇਆ, ਇੰਨੀ ਬਿਹਤਰੀਨ ਕੀਤੀ ਇਹਨੂੰ ਬਾਬਰ ਸਾਹਿਬ। ਬਾਬਰ ਸਾਹਿਬ ਜਨਾਬ ਸਜ਼ੂਕੀ ਦੇ ਮਾਸਟਰ ਨੇ ਜੀ, ਬੜੀਆਂ ਜਗ੍ਹਾ ਤੋਂ ਕੰਮ ਕਰਾਇਆ, ਲੇਕਿਨ ਬਾਬਰ ਸਾਹਿਬ ਦਾ ਜਿਹੜਾ ਨਾ ਕਮੇਟੀ ਚੌਕ ਰਾਵਲਪਿੰਡੀ, ਲਓ ਜੀ ਟੀ ਚੌਕ ਪਹੁੰਚ ਗਏ ਹਾਂ ਜੀ। ਇੱਥੋਂ ਸੂਰਜ ਚਾਰ ਵੀ ਤੁਸੀਂ ਵੇਖ ਲਿਆ ਜੇ, ਅਤੇ ਕੰਟੇਨਰ ਲੱਗੇ ਪਏ ਤੁਹਾਨੂੰ ਨਜ਼ਰ ਆ ਜਾਣਾ। ਇਹ ਆਵਾਮ ਕਿਹੜੇ ਪਾਸੇ ਜਾ ਰਾਵਲਪਿੰਡੀ ਇਸਲਾਮਾਬਾਦ ਦੀ, ਹਰ ਜਗ੍ਹਾ ਜਨਾਬ ਵੇਖੋ ਜੀ ਐਂਡ ਹੋਇਆ ਪਿਆ, ਸਾਰਾ ਬੰਦ ਪਿਆ। ਇਹ ਰੋਡ ਵੀ ਬੰਦ ਹੈ, ਇਸ ਪਾਸੇ ਵੀ ਸਟੋਰ ਬੰਦ ਹੈ ਜੀ, ਔਰ ਬਾਕੀ ਜਗ੍ਹਾ ਵੀ ਜਿਹੜੀ ਜਿਹੜੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ। ਜਿਹੜੀਆਂ ਜਗ੍ਹਾ ਤੁਹਾਨੂੰ ਨਹੀਂ ਦਿਖਾਈਆਂ ਉਹ ਵੀ ਜਗ੍ਹਾ ਐਵੇਂ ਕੰਮ। ਇਹ ਹੁਣ ਜਿਸ ਮੁਸ਼ਕਿਲ ਨਾਲ ਅਸੀਂ ਲੰਘ ਰਹੇ ਹਾਂ ਤੁਸੀਂ ਦੇਖ ਰਹੇ ਹੋ, ਸਾਈਡਾਂ ਤਾਰਾਂ ਲੱਗੀਆਂ ਪਈਆਂ ਨੇ, ਇੱਕ ਵੀ ਅੜ ਗਈ ਨਾ ਤਾਂ ਮੋਟਰਸਾਈਕਲ ਵੀ ਗਿਆ ਅਤੇ ਅਸੀਂ ਵੀ ਗਏ ਅਤੇ ਕੱਪੜੇ ਵੀ ਸਾਡੇ ਹਰ ਚੀਜ਼ ਗਈ। ਅੱਲਾ ਹਦਾਇਤ ਦੇਵੇ ਇਹਨਾਂ ਨੂੰ। ਕਿਉਂ ਜੀ ਤੰਗ ਹੋ ਰਹੇ ਹੋ ਜਾਂ ਖੁਸ਼ ਹੋ? ਖੁਸ਼ ਹੈ, ਹੋਏ 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 ਯਾਰ ਕੀ ਕਰੀਏ। ਆਹ ਭਾਈ ਯਾਰ ਵੀ ਵੀਡੀਓ ਬਣਾ ਰਹੇ, ਵੇਖੋ ਮਾਮਲਾਤ ਕਹਿੰਦੇ ਨੇ, ਅਜੀਬ ਸੂਰਤ ਹਾਲ ਹੈ ਜੀ। ਇਹ ਇਸਲਾਮਾਬਾਦ ਇਹਨੂੰ ਜਗ੍ਹਾ ਦਿੱਤੀ ਜਾਏ ਸਿਰਫ ਧਰਨਿਆਂ ਵਾਸਤੇ, ਇੱਥੇ ਬਾਕੀ ਚੀਜ਼ਾਂ ਸਾਰੀਆਂ ਚੁੱਕ ਲੈਣੀਆਂ ਚਾਹੀਦੀਆਂ ਨੇ, ਦਫ਼ਤਰ ਸ਼ਫਤਰ ਇੱਥੇ ਕੋਈ ਨਹੀਂ ਹੋਣੇ ਚਾਹੀਦੇ, ਸਕੂਲ ਕਾਲਜ ਹਰ ਚੀਜ਼ ਬੰਦ ਹੈ ਜੀ, ਨਿਜ਼ਾਮ ਸਾਰਾ ਗਰਮ ਬਰਮ ਹੈ। ਇਹ ਰਵਾਤ ਦਾ ਮਕਾਨ ਹੈ ਜੀ, ਰਵਾਤ ਉਹ ਉੱਥੇ ਜਗ੍ਹਾ ਹੈ, ਕੋਈ ਨਿਕਲ ਜਾਂਗੇ ਉੱਥੋਂ ਦੇਖ ਲਓ ਜੀ ਕਿਸ ਤਰ੍ਹਾਂ। ਹੁਣ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਰਾਂਗੇ, ਕੋਈ ਪਤਾ ਨਹੀਂ ਇਹਨੂੰ। ਮਿਹਰਬਾਨੀ ਇਸ ਹਕੂਮਤ ਦੀ, ਇੱਥੋਂ ਜਾ ਹੀ ਨਹੀਂ ਸਕਦੇ। ਦੇਖੋ ਜੀ 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 ਦੱਸੋ ਜੀ ਕਿਹੜੇ ਪਾਸੋਂ ਜਾਈਏ ਹੁਣ? ਰਾਹ ਤਾਂ ਹੋਏਗਾ ਉਧਰੋਂ ਨਿਕਲ ਜਾ, ਕੋਈ ਹੱਲ ਦੇਖਦੇ ਹਾਂ। ਲਓ ਜੀ ਅਸੀਂ ਵਾਪਸ ਹੋ ਗਏ ਹਾਂ, ਕੰਟੇਨਰ ਲੱਗੇ, ਹੁਣ ਕੋਈ ਗਲੀ ਲੱਭਣੀ ਹੈ ਅਸੀਂ ਅਤੇ ਤੁਹਾਨੂੰ ਰਾਹ ਜ਼ਰੂਰ ਦਿਖਾਵਾਂਗੇ ਕਿ ਸਾਡੀ ਹਕੂਮਤ ਬਹੁਤ ਹੀ ਬਿਹਤਰੀਨ ਹੈ। ਬਿਹਤਰੀਨ ਬਿਹਤਰੀਨ ਹੀ ਹੋਈ ਨਾ, ਦਿਲੋਂ ਹਾਰ ਕਰ ਗਈ ਬਿਹਤਰੀਨ ਬਿਹਤਰੀਨ ਨਹੀਂ ਨਹੀਂ ਬਿਹਤਰੀਨ ਦਾ ਮਕਸਦ ਉਲਟਾ,
ਬਿਹਤਰੀਨ ਕਹਿ ਰਿਹਾ, ਹੁਣ ਕਿੱਧਰੋਂ ਨਿਕਲਣਾ ਦੱਸ ਕੋਈ ਰਸਤਾ, ਇੱਥੋਂ ਕਿਸੇ ਬੰਦੇ ਕੋਲ ਪੁੱਛ ਲੈਂਦੇ ਯਾਰ। ਉਹ ਮੋਟਰਸਾਈਕਲ ਜਾ ਰਹੇ ਨੇ ਉਧਰੋਂ ਦੀ ਯਾਰ, ਹੈਂ ਜਾ ਤਾਂ ਰਹੇ ਨੇ। ਦਲੀਲ ਕਰਕੇ ਰੱਖ ਦਿੱਤਾ ਇਹਨੇ ਜੀ, ਹਰ ਰੋਜ਼ ਆਏ ਰੋਜ਼ ਆਏ ਰੋਜ਼ ਇਹੀ ਮਸਲਾ, ਆਏ ਰੋਜ਼ ਇਹੀ ਰੋਲਾ, ਹਰ ਮੇਨ ਗਲੀ ਬੰਦ ਹੈ ਤਕਰੀਬਨ। ਇਹ ਹੁਣ ਅਸੀਂ ਰਿਵਾਜ਼ ਦੇ ਵਿੱਚੋਂ ਪਤਾ ਨਹੀਂ ਕਿਹੜੇ ਪਾਸੇ ਜਾ ਰਹੇ ਹਾਂ ਅਤੇ ਕਿੱਧਰੋਂ ਜਾ ਕੇ ਨਿਕਲਣਾ, ਇਹ ਸਾਨੂੰ ਕੋਈ ਪਤਾ ਨਹੀਂ। ਬਸ ਕਿਸੇ ਨੇ ਦੱਸਿਆ ਇੱਧਰ ਨੂੰ ਬਹਿ ਜਾਓ, ਬਸ ਬਹਿ ਗਏ ਹਾਂ। ਚਲੋ ਜੀ ਆ ਜਿਹੜੇ ਇਲਾਕੇ ਨਹੀਂ ਵੇਖਿਆ, ਜੋ ਮੂਨ ਵੇਖ ਲੈ ਬਈ, ਪਿੰਡ ਕਿਹੜਾ ਸੀ ਮੂਨ ਕੋਈ ਪਤਾ ਨਹੀਂ। ਅੱਛਾ ਰਿਵਾਜ਼ ਦੇ ਡੈਮ ਬਾਏ ਜੀ ਅਸੀਂ ਫਿਰ ਰਹੇ ਪਏ ਹਾਂ, ਪਿੰਡਾਂ ਛਿੰਡਾਂ ਦਾ ਸਾਨੂੰ ਨਹੀਂ ਪਤਾ ਪਿੰਡ ਕਿਹੜੇ ਨੇ। ਦਾਨ ਦਾ ਮਕਸਦ ਇਹ ਵੇਖ ਕੇ ਕਿਤਨੀ ਖੱਜਲ ਖੁਆਰੀ ਹੈ ਇਹ ਤੁਸੀਂ ਦੇਖੋ ਜ਼ਰਾ। ਆਫ ਰੋਡਿੰਗ ਤੇ ਹੈ ਫਿਰ ਅੰਦਰ ਵੀ ਹਿਲ ਜਾਂਦੇ ਨੇ ਜੰਮਾਂ 'ਚ, ਪਾਸ ਨਹੀਂ ਤੇ ਹੈ ਹਾਂਜੀ ਹੈ। ਤੇਲ ਦਾ ਕੋਈ ਨਹੀਂ ਰੌਲਾ, ਤੇਲ ਤਾਂ ਅਜੇ ਟੈਂਕੀ ਨੂੰ ਸਾਹ ਵੀ ਨਹੀਂ ਨਿਕਲਿਆ ਹੋਣਾ ਟੈਂਕੀ ਦਾ। ਇਲਾਕੇ ਦੇਖੋ ਜੀ, ਵਾਹ ਜੀ ਵਾਹ, ਕੋਈ ਟਾਈਮ ਹੁੰਦਾ ਸੀ ਜੀ ਉਹ ਰਸਤੇ ਵੇਖ ਕੇ, ਇਹ ਰਸਤੇ ਖਤਮ ਹੋ ਗਏ, ਕੱਚੀਆਂ ਬਣੀਆਂ ਖਤਮ ਹੋ ਗਈਆਂ ਜਨਾਬ, ਉਹ ਪੱਕੇ ਟਾਈਮ ਖਤਮ ਹੋ ਗਏ ਜਿਨ੍ਹਾਂ ਦਾ ਇੰਤਜ਼ਾਰ ਹੁੰਦਾ ਸੀ। ਲਓ ਜੀ ਇੱਕ ਟਾਈਮ ਇਤਨੇ ਵਜੇ ਆਉਣਾ, ਕਿਸੇ ਦੇ ਮਹਿਮਾਨ ਆਉਣ ਦੀ ਇੰਤਜ਼ਾਰ ਹੁੰਦਾ ਸੀ ਜੀ, ਇਸ ਟਾਈਮ 'ਤੇ ਆ ਰਹੇ ਨੇ, ਅਤੇ ਕਿਸੇ ਨੂੰ ਆਪਣੇ ਮਹਿਮਾਨ ਛੱਡਣ ਦਾ ਹੁੰਦਾ ਸੀ, ਉਹਨਾਂ ਦੇ ਹਰਨ ਇਸ ਤਰ੍ਹਾਂ ਨੂੰ ਸਮਝ ਲਓ ਜੀ, ਇਹ ਪਹਿਲਾ ਟਾਈਮ ਅਤੇ ਦੂਸਰਾ ਟਾਈਮ, ਅਤੇ ਨਾ ਉਹ ਮਰਦਾਂ ਰਹਿ ਗਈਆਂ, ਨਾ ਉਹ ਲੋਕ ਰਹਿ ਗਏ, ਨਾ ਉਹ ਜ਼ਮਾਨਾ ਰਹਿ ਗਿਆ, ਉਹ ਜ਼ਿੰਦਗੀ ਸਾਦੇ ਦੌਰ ਕਿਆ ਬਾਤ ਸੀ। ਪਹਿਲੇ ਮੇਰੇ ਕੋਲ ਪਹਿਲੇ ਗਿਰ ਮੈਂ
ਅਸੀਂ ਉਸ ਬੰਦੇ ਦੇ ਪਿੱਛੇ ਜਾ ਰਹੇ ਹਾਂ ਹੁਣ, ਪਤਾ ਨਹੀਂ ਭਾਵੇਂ ਗਲਤ ਹੋ ਜਾਈਏ ਮੂੰਹ ਨਾ। ਹੁਣ ਦੱਸ ਕੇ ਬਾਹਰ ਨਿਕਲ ਜਾਏਗਾ ਰੋਡ, ਰੋਡ 'ਤੇ ਰੋਡ 'ਤੇ ਨਿਕਲ ਜਾਏਗਾ ਮੰਦਰਾ ਸਾਈਡ 'ਤੇ। ਦੇਖ ਲਓ ਜੀ, ਜਿਹੜੇ ਇਲਾਕਿਆਂ 'ਚ ਜ਼ਿੰਦਗੀ 'ਚ ਵੀ ਨਹੀਂ ਸੀ ਆਉਣਾ, ਸਾਨੂੰ ਜਨਾਬ ਸ਼ਬਾਜ਼ ਸ਼ਰੀਫ ਨੇ ਉੱਥੋਂ ਹੀ ਭੇਜ ਛੜਿਆ। ਢਿੱਲਾ ਸੀ ਯਾਰ, ਨਵੇਂ ਆਉਂਦਾ ਕਿਉਂ ਥੱਲੇ ਜਾਂਦਾ ਢਿੱਲਾ ਸੀ। ਅੱਛਾ, ਇਹ ਨਾ ਸੁਧਾਰ ਨਹੀਂ ਹੈ ਇਨਸ਼ਾ ਅੱਲਾਹ ਤਾਲਾ। ਤੂੰ ਖਲੋਤਾ ਨਾ ਖਲੋਤਾ ਲੀਡਰ ਹੈ ਸਾਡੇ ਵਾਸਤੇ, ਤੂੰ ਆਉਣੀ ਲੀਡਰ ਹੈ ਵਾਸਤੇ, ਬਣਾ ਛੱਡਿਆ ਸਾਂ ਜ਼ਬਾਨੀ ਬਣਾ ਛੱਡਿਆ। ਮੰਦਰੇ ਸਾਈਡ ਪੇ ਨਿਕਲਣਾ, ਇਧਰ ਸੇ ਨਿਕਲ ਜਾਏਗੇ ਮੰਦਰੇ, ਮੇਨ ਪੇ ਪੜ ਜਾਏਗਾ ਜੀ ਰੋਡ। ਅੱਛਾ, ਹੁਣ ਠੀਕ ਹੋਇਆ, ਮੈਂ ਵੀ ਆਹ ਢਿੱਲਾ ਕਿਉਂ ਇੰਨਾ। ਉਹ ਜੰਪ ਆ ਜੀ, ਜੀ ਪਿੰਡਾਂ ਤੋਂ ਫਿਰ ਫਰਾ ਕੇ ਕੱਚੇ ਇਲਾਕੇ ਕੱਚੇ ਏਰੀਏ ਲੰਘ ਕੇ ਦੇ ਜਨਾਬ। ਇਹ ਅਸੀਂ ਹੁਣ ਜੀ ਟੀ ਰੋਡ 'ਤੇ ਪੈ ਜਾਏ, ਤਕਰੀਬਨ ਇੱਕ ਘੰਟਾ ਆਫ ਰੋਡ ਕਰਕੇ ਮੇਨ ਰੋਡ ਪੈ ਗਏ ਜੀ ਹੁਣ ਅਸੀਂ ਅੱਲਾ ਸ਼ਹਿਰ ਦੇ ਵਿਹੜੇ ਪਾਰ। ਮੰਦਰੇ ਅਤੇ ਮੰਦਰੇ ਦਾ ਵੀ ਹਾਲ ਹੋਈ ਹੈ ਜਿਹੜਾ ਪਿੱਛੇ ਇਸਲਾਮਾਬਾਦ ਤੋਂ ਆ ਰਿਹਾ ਜੀ, ਕਿੰਨਾ ਕੁ ਖਤਰਾ ਪੈ ਗਿਆ ਯਾਰ। ਇਹ ਪੀ ਟੀ ਆਈ ਦਾ ਇਹਨਾਂ ਲੋਕਾਂ ਨੂੰ ਇਸਲਾਮਾਬਾਦ 'ਤੇ ਅਜੇ ਤੁਹਾਨੂੰ ਵਹਾਇਆ ਨਹੀਂ, ਜਗ੍ਹਾ ਜਗ੍ਹਾ 'ਤੇ ਅਸੀਂ ਆਉਣਾ ਸੀ ਤੁਸੀਂ ਵਹਾ ਰਹੇ ਹਾਂ, ਮਾਮਲਾਤ ਹੀ ਬਹੁਤ ਖਰਾਬ ਹੋਏ ਪਏ। ਹੁਕੂਮਤ ਕੋਈ ਵੀ ਹੈ ਜੀ, ਆਵਾਮ ਵਾਸਤੇ ਮਸਲਾ ਨਹੀਂ ਹੋਣਾ ਚਾਹੀਦਾ, ਠੀਕ ਹੈ।
ਆਪਣੇ ਮਾਮਲਾ ਤੁਹਾਡੇ ਨੇੜੇ ਕਰਨ, ਇਹ ਆਵਾਮ ਨੂੰ ਦਰ ਬਦਰ ਦਲੀਲੋਂ ਖਾਰ ਨਾ ਕਰੋ। ਗੁਜਰ ਖਾਂ ਦੇ ਕਰੀਬ ਪਹੁੰਚਣ ਵਾਲੇ ਹਾਂ ਅਤੇ ਅਸੀਂ ਜਿਸ ਤਰ੍ਹਾਂ ਆਏ ਹਾਂ ਤੁਸੀਂ ਦੇਖ ਹੀ ਲਿਆ ਵੀਡੀਓ 'ਚ ਵੀ, ਅਤੇ ਹਰ ਜਗ੍ਹਾ ਜਗ੍ਹਾ ਰਸਤੇ ਬੰਦ ਨੇ, ਲੋਕ ਲੜ ਰਹੇ ਨੇ, ਕੀ ਕੁਛ ਹੋ ਰਿਹਾ। ਗੁਜਰ ਖਾਨ ਆ ਗਿਆ ਜੀ, ਗੁਜਰ ਖਾਨ ਪਹੁੰਚ ਗਏ ਹਾਂ। ਸਰਵਰ ਸ਼ਹੀਦ ਕਾਲਜ ਗੁਜਰ ਖਾਨ, ਸਰਵਰ ਸ਼ਹੀਦ ਸਾਹਿਬ ਜਨਾਬ ਇੱਥੋਂ ਦੇ ਸਨ ਇਸ ਸ਼ਹਿਰ ਦੇ। ਗੁਜਰ ਖਾਨ ਨੂੰ ਹਸਪਤਾਲ ਕਰਾਸ ਕਰ ਰਹੇ ਹਾਂ, ਥੋੜ੍ਹਾ ਸ਼ੀਸ਼ਾ ਟੈਡ ਕਰਾਉਣਾ ਹੀ ਹੈ। ਦੁਕਾਨ ਵੇਖ ਹੁਣ ਖੁੱਲ੍ਹੀ ਕੋਈ ਨਜ਼ਰ ਰੱਖੇ, ਮੈਂ ਦੁਕਾਨ ਵੇਖ ਨਹੀਂ ਆਇਆ, ਥੋੜ੍ਹਾ ਜਿਹਾ ਸ਼ੀਸ਼ਾ ਪਸਾ ਲਈਏ ਯਾਰ। ਕੋਈ ਨਜ਼ਰ ਨਹੀਂ ਆ ਰਹੀ, ਪਹਿਲਾਂ ਬੰਦ ਨਜ਼ਰ ਆ, ਅੱਗੇ ਕਰਕੇ ਹੋਏਗੀ। ਸ਼ੀਸ਼ਾ ਯਾਰ ਥੋੜ੍ਹਾ ਜਿਹਾ ਸਰ, ਥੋੜ੍ਹੀ ਤਕਲੀਫ ਦੇਣੀ, ਸ਼ੀਸ਼ਾ ਜ਼ਰਾ ਟਾਇਟ ਕਰ ਜਾਏ ਬਸ ਸਰ। ਅੱਗੇ ਰਸਤਾ ਜਾਣਾ, ਛੋਟੀ ਜਿਹੀ ਤਕਲੀਫ, ਸ਼ੀਸ਼ਾ ਪਛਾਣਾ ਸਿਰ ਥੋੜ੍ਹਾ ਜਿਹਾ, ਸ਼ੀਸ਼ਾ ਥੋੜ੍ਹਾ ਜਿਹਾ ਲੂਜ਼ ਹੋ ਜਾਏ ਕਰ। ਦੇਖ ਲਓ ਜੀ ਇਹ ਤੁਹਾਨੂੰ ਤੋੜ ਗੁਜਰਾਂ ਤੱਕ ਦਿਖਾਵਾਂਗੇ ਅੱਜ ਦਾ ਮਾਹੌਲ। ਇਹ ਅਸੀਂ ਪਹੁੰਚ ਗਏ ਜੀ ਜਨਾਬ ਗੁਜਰ ਹਾਂ, ਕ੍ਰਾਸ ਕਰ ਗਏ ਹਾਂ। ਗੁਜਰ ਹਾਂ ਕ੍ਰਾਸ ਕੀਤਾ ਜੀ, ਇਹ ਹੀ ਹਾਲ ਹੈ। ਨਹੀਂ ਹੁੰਦੀ ਉੱਥੇ ਫੜਕੀ ਪਈ ਹੈ, ਇਹ ਜੀ ਸੇਹ ਸੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ।
ਕੰਡਿਆਂ ਵਾਲੀ ਹਿੱਸੇ ਮੁੜ ਕੇ ਆਏ ਹਾਂ ਵਾਪਸ, ਥੋੜ੍ਹਾ ਜਿਹਾ ਗੁਜ਼ਰ ਕੇ ਸਮਾਂ ਕਰਨਾ, ਦੇਖੀਏ ਸਹੀ ਇਹ ਜ਼ਿੰਦਾ ਜਾਂ ਕੰਮ ਹੋ ਗਿਆ ਇਸਦਾ, ਲੇਕਿਨ ਕਿਸੇ ਗੱਡੀ ਨਾਲ ਬਚੀਏ ਫਰਕ ਹੋ ਗਈ ਜੇ ਹੈ ਵੇਖ ਲੈ। ਲਓ ਜੀ ਇੱਕ 2 ਕਿਲੋਮੀਟਰ ਚੱਲੇ ਹਾਂ, 1 ਕਿਲੋਮੀਟਰ ਚੱਲੇ ਹਾਂ, ਅੱਗੇ ਫਿਰ ਜਨਾਬ ਕੰਮ ਪਿਆ ਜੇ ਇਹ ਦੇਖ ਰਹੇ ਹੋ, ਲੇਕਿਨ ਥੋੜ੍ਹਾ ਜਿਹਾ ਨਾ ਰਾਹ ਧੱਕਾ ਧੁੱਕਾ ਕਿਤੇ ਲੱਗਦਾ ਲਾਇਆ ਨੇ। ਲਓ ਜੀ ਇਹ ਚਕਵਾਲ ਚੌਂਕ ਹੈ, ਚਕਵਾਲ ਚੌਂਕ 'ਤੇ ਜਨਾਬ ਅਸੀਂ ਪਹੁੰਚ ਗਏ, ਇਹ ਇਲਾਕਾ ਜਨਾਬ ਸੁਹਾਵਾ, ਸੁਹਾਵੇ ਤੋਂ ਇੱਥੋਂ ਲੈਫਟ ਜਿੱਥੋਂ ਅਸੀਂ ਗੁਜ਼ਰੇ ਹਾਂ ਇਸ ਤੋਂ ਲੈਫਟ ਸਾਈਡ 'ਤੇ ਤਕਰੀਬਨ 12 ਕਿਲੋਮੀਟਰ ਦੇ ਫਾਸਲੇ 'ਤੇ ਸ਼ਹਾਬਉਦੀਨ ਗੌਰੀ ਸਾਹਿਬ ਦਾ ਮਜ਼ਾਰ ਹੈ ਜੀ। ਸ਼ਹਾਬਉਦੀਨ ਗੌਰੀ ਸਾਹਿਬ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਸ਼ਾਰਟ ਦੱਸਦੀਏ ਕਿ ਇਹਨਾਂ ਨੇ ਜਨਾਬ ਪਹਿਲੀ ਜੰਗ ਲੜੀ, ਇੰਡੀਆ ਜਾ ਕੇ ਸ਼ਿਕਸਤ ਹੋ ਗਈ ਪ੍ਰਿਥਵੀ ਰਾਜ ਕੋਲੋਂ, ਦੂਸਰੀ ਦਫਾ ਗਏ ਅਤੇ ਇਹਨਾਂ ਨੇ ਜਨਾਬ ਇਹਨਾਂ ਦਾ ਮੁਕਾਬਲਾ ਹੋਇਆ ਪਾਣੀਪਤ ਦੇ ਮੁਕਾਮ 'ਤੇ, ਜਿਸ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਔਰ ਪ੍ਰਿਥਵੀ ਰਾਜ ਨੂੰ ਕਤਲ ਕਰ ਦਿੱਤਾ ਗਿਆ। ਠੀਕ ਹੈ, ਉਸ ਬਾਅਦ ਵਾਪਸ ਆਏ ਔਰ ਗੱਖੜਾਂ ਨਾਲ ਇਹਨਾਂ ਦੀ ਕੋਈ ਹੋਈ, ਗੱਖੜਾਂ ਨੇ ਇੱਥੇ ਇਸ ਜਗ੍ਹਾ 'ਤੇ ਇਹਨਾਂ ਨੇ ਆਪਣੇ ਖੈਮੇ ਲਗਾਏ ਸੀ, ਫਿਰ ਰਾਤ ਦਾ ਟਾਈਮ ਸੀ, ਸ਼ਾਹ ਦਾ ਨਮਾਜ਼ ਪੜ੍ਹਦੇ ਸਨ, ਸੁਣਨ ਦੇ ਜਿਸ ਤਰ੍ਹਾਂ ਆਇਆ ਕਿਤਾਬਾਂ ਜਿਸ ਤਰ੍ਹਾਂ ਲਿਖਿਆ ਗਿਆ ਕਿ ਨਮਾਜ਼ ਪੜ੍ਹਦੇ ਸਨ ਸ਼ਾਹ ਜੀ ਦਾ ਗੱਖੜਾ ਨੇ ਇਹਨਾਂ ਨੂੰ ਕਤਲ ਕਰ ਦਿੱਤਾ। ਅਤੇ ਇੱਥੇ ਇਹਨਾਂ ਦਾ ਮਜ਼ਾਰ ਹੈ, ਇਹ ਸੁਹਾਵਾ ਬੜਾ ਤਾਰੀਖੀ ਸ਼ਹਿਰ ਹੈ, ਛੋਟਾ ਜਿਹਾ ਕਸਬਾ ਹੈ, ਸ਼ਹਿਰ ਨਹੀਂ ਕਹਿ ਸਕਦੇ ਕਸਬਾ ਕਹਿ ਸਕਦੇ, ਤਹਿਸੀਲ ਸੁਹਾਵਾ ਹੈ, ਤਹਿਸੀਲ ਹੈ ਛੋਟੀ ਜਿਹੀ। ਅਤੇ ਇਸ ਤੋਂ ਅੱਗੇ ਚੱਲਦੇ ਹਾਂ ਜਨਾਬ, ਅੱਗੇ ਆ ਜਾਏਗਾ ਦੀਨਾ, ਦੀਨੇ ਦੇ ਹਵਾਲੇ ਨਾਲ ਵੀ ਤੁਹਾਨੂੰ ਦੱਸਾਂਗੇ ਜਿਹੜਾ ਜਿਹੜਾ ਸ਼ਹਿਰ ਆਏਗਾ, ਥੋੜ੍ਹੀ ਬਹੁਤ ਹਿਸਟਰੀ ਵੀ ਜਿਹੜੀ ਹੈ ਉਹ ਤੁਹਾਨੂੰ ਦੱਸਦੇ ਜਾਵਾਂਗੇ। ਜਨਾਬ ਟ੍ਰੇਨ ਦੀ ਟਨਲ ਇੱਥੋਂ ਗੁਜ਼ਰਦਾ, ਇੱਕ ਸ਼ਾਮ ਦਾ ਟਾਈਮ ਹੋ ਚੱਲਿਆ ਜੀ, ਅਤੇ ਅਸੀਂ ਤੁਰਕੀ ਟੂਰ ਪਲਾਜ਼ਾ ਕ੍ਰਾਸ ਕੀਤਾ, ਪਾਮੀਰ ਹਾਈਵੇ ਜਾਣਾ ਬਾਈ, ਬਿਲਡਿੰਗ ਸ਼ਾਇਦ ਨਜ਼ਰ ਆ ਰਹੀ ਹੋਏ ਵਿੱਚ ਕਿ ਨਹੀਂ ਕੈਮਰੇ ਦੇ, ਨਹੀਂ ਆ ਰਹੀ ਇੱਥੋਂ, ਅੱਗੋਂ ਆ ਗਈ ਅੱਗੇ ਪਿੱਲਰ ਲੱਗੇ ਨੇ, ਅੱਗੇ ਬੂਟੇ ਬਹੁਤ ਨੇ ਮਹਾਰਾ ਯਾਰ ਕਾਦਰ ਯੂਨੀਵਰਸਿਟੀ ਹੋਰ ਅੱਗੇ ਤੁਹਾਨੂੰ ਰਾਹ ਹੀ ਰਾਹ ਹੈ।
ਬੜੀ ਝੁੱਟੀ ਮਰਵਾਈ ਹੈ ਜੀ, ਬੜੀ ਝੁੱਟੀ ਨਹੀਂ ਮਰਵਾਈ ਮੋਟਰ। ਵੈਲਕਮ ਟੂ ਜੀ ਦੀਨਾ। ਦੀਨਾ ਪਹੁੰਚ ਗਏ ਜੀ ਅਸੀਂ, ਔਰ ਦੀਨਾ ਦੇ ਬਾਰੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਨਾ ਬੜਾ ਤਰੀਖੀ ਸ਼ਹਿਰ ਹੈ। ਦੀਨਾ ਜਨਾਬ ਸੰਜੇ ਦੱਤ ਦੇ ਵਾਲਦ ਆਪਣਾ ਸੰਜੇ ਦੱਤ ਨੇ ਜੀ, ਗੁਲਜ਼ਾਰ ਇੰਡੀਅਨ ਫਿਲਮ ਇੰਡਸਟਰੀ ਦੇ ਲੇਜੈਂਡ ਸ਼ਹਿਰ ਨੇ ਜੀ। ਗੁਲਜ਼ਾਰ ਸਾਹਿਬ ਉਨਕੀ ਪੈਦਾਇਸ਼ ਇਸ ਜਗ੍ਹਾ 'ਤੇ ਹੋਈ ਔਰ ਉਹਨਾਂ ਦੇ ਨਾਂ 'ਤੇ ਗੁਲਜ਼ਾਰ ਸਟਰੀਟ ਇੱਕ ਬਾਜ਼ਾਰ ਦਾ ਨਾਂ ਵੀ ਰੱਖਿਆ ਗਿਆ, ਇੱਕ ਗਲੀ ਦਾ ਨਾਂ ਰੱਖਿਆ ਗਿਆ, ਠੀਕ ਹੈ। ਉਹਨਾਂ ਦੀ ਪੈਦਾਇਸ਼ ਇੱਕ ਪਿੰਡ 'ਚ ਹੋਈ ਸੀ, ਦੀਨੇ ਦੇ ਕਰੀਬ ਹੀ ਪਿੰਡ, ਫਿਰ ਉਸ ਤੋਂ ਬਾਅਦ ਜਨਾਬ ਸ਼ਹਿਰ 'ਚ ਰਹਿਸ਼ ਪਜ਼ੀਰ ਹੋ ਗਏ ਅਤੇ 16 ਸਾਲ ਜਾਂ 20 ਸਾਲ ਦੀ ਉਮਰ 'ਚ ਉਹ ਜਿਹੜੇ ਨੇ ਕਿ ਜਿਹਨਾਂ ਨੂੰ ਪਾਕਿਸਤਾਨ ਅਲੱਦਗੀ ਹੋਈ ਅਤੇ ਉਹ ਇੰਡੀਆ ਚਲੇ ਗਏ। ਅਤੇ ਇਹ ਜੀ ਦੀਨਾ ਦੇ ਵਾਲੇ ਨਾਲ ਅੱਗੇ ਚੱਲਦੇ ਹਾਂ ਜਨਾਬ। ਜੇਹਲਮ ਦਾ ਵੀ ਤੁਹਾਨੂੰ ਦੱਸਾਂਗੇ ਜੀ, ਜੇਹਲਮ ਵਿੱਚ ਕੀ ਚੀਜ਼ ਮਸ਼ਹੂਰ ਹੈ। ਚਲੋ ਜੀ ਸਫ਼ਰ ਨੂੰ ਕਰਨੇ ਹਾਂ ਸ਼ੁਰੂ। ਅਸੀਂ ਜਨਾਬ ਪਹੁੰਚ ਗਏ ਜਨਾਬ ਹੁਣ ਜੇਹਲਮ ਸ਼ਹਿਰ, ਅਤੇ ਜੇਹਲਮ ਸ਼ਹਿਰ ਦੇ ਹਵਾਲੇ ਨਾਲ ਤੁਹਾਨੂੰ ਦੱਸੀਏ ਕਿ ਜੇਹਲਮ ਸ਼ਹਿਰ ਵੀ ਬੜਾ ਤਰੀਖੀ ਸ਼ਹਿਰ ਹੈ। ਸਾਬਕਾ ਵਜ਼ੀਰ ਆਜ਼ਮ ਇੰਡੀਆ ਦੇ ਅੰਦਰ ਕਮਾਲ ਗੁਜਰਾਲ, ਉਹ ਵੀ ਜਨਾਬ ਜੇਹਲਮ ਦੇ ਸਨ, ਔਰ ਸੰਜੇ ਦੱਤ ਦੇ ਵਾਲਦ ਜਿਹੜੇ ਨੇ ਸੁਨੀਲ ਦੱਤ, ਉਹਨਾਂ ਦਾ ਤਲਕ ਵੀ ਜੇਹਲਮ ਤੋਂ ਸੀ। ਔਰ ਕਿਲ੍ਹਾ ਰੋਹਤਾਸ ਦੀਨਾ ਔਰ ਜੇਹਲਮ ਦੇ ਦਰਮਿਆਨ ਵਾਕਿਆ ਜੀ, ਬੜੀ ਮਸ਼ਹੂਰ ਜਗ੍ਹਾ ਨੇ ਜੀ ਇਹ। ਅਤੇ ਇੱਥੋਂ ਦੇ ਵਾਲੇ ਨਾਲ ਇਹ ਸੀ, ਅਤੇ ਬਾਕੀ ਸਫ਼ਰ ਨੂੰ ਕੰਟੀਨਿਊ ਜਾਰੀ ਰੱਖਣੇ ਆ। ਖਜਲ ਹੋ ਰਿਹਾ, ਗੱਡੀ ਛੱਡੀ ਕੋਈ ਨਹੀਂ।
ਕੀ ਹਾਲ ਹੈ ਜੀ? ਓਹੋ, ਬੜੀ ਖੱਜਲ ਪਵਾ ਰਹੀ ਜੀ। ਲਓ ਜੀ, ਰਸਤੇ ਬੰਦ ਜੀ, ਜੇਲਮ ਵੀ ਰਸਤੇ ਬੰਦ ਜੀ। ਇਹ ਤੁਸੀਂ ਮੇਰਾ ਖਿਆਲ ਹੈ ਕਰਾਚੀ ਤੋਂ ਟੁਰੋਗੇ ਤਾਂ ਤੁਹਾਨੂੰ ਰਸਤੇ ਬੰਦ ਹੀ ਮਿਲਣਗੇ। ਇੰਨਾ ਕਿਹੜਾ ਐਡਾ ਵੱਡਾ ਮਸਲਾ ਬਣ ਗਿਆ ਜੀ? ਦੇਖ ਰਹੇ ਹੋ ਜੀ ਸੂਰਤ ਹਾਲ, ਇਸ ਪੁੱਲ ਦੀ ਕੀ ਸੂਰਤ ਹਾਲ ਹੈ। ਬਸ ਮੋਟਰਸਾਈਕਲ ਹੀ ਲੱਗ ਗਏ, ਜਾਣ ਵਾਲਾ ਕੰਮ ਕੋਈ ਨਹੀਂ, ਆਉਣ ਵਾਲਾ ਫਿਰ ਗੁਜ਼ਾਰਾ ਹੈ ਨਾ। ਵੇਖ ਲੈ ਮੂਡ ਨਹੀਂ ਰਿਹਾ ਤੇ ਰਿਜ਼ਲਟ ਵੇਖ ਲੈ। ਹੈਂ ਸਹੀ ਜੀ, ਇੱਥੇ ਰਸਤਾ ਬੰਦ ਹੈ। ਇਸਲਾਮਾਬਾਦ ਇਸਲਾਮਾਬਾਦ ਰਹਿ ਗਿਆ ਨਾ, ਅਤੇ ਤੋੜ ਤਾਂ ਕੀ ਹਾਲ ਹੈ ਤਾਂ ਗਰੀਬ ਬੱਸਾਂ ਵਾਲਿਆਂ ਦਾ ਵੀ ਅੱਜ ਦਾ ਟੂਰ ਜਿਹੜਾ ਨਾ ਇਹ ਖਰਾਬ ਹੀ ਹੋਇਆ। ਇੱਥੇ ਇਹਨਾਂ ਵਿਚਾਰਿਆਂ ਤੇਲ ਸਾੜ ਕੇ ਉਂਝ ਟੁਰ ਜਾਣਾ ਵਾਪਸ ਇੱਥੇ ਜੀ। ਲਓ ਜੀ, ਲਾਲੇ ਮੂਸੇ ਪਹੁੰਚ ਗਏ ਜੀ। ਅਸਾਂ ਕਿਹਾ ਥੋੜ੍ਹੀ ਜਿਹੀ ਜਨਾਬ ਬ੍ਰੇਕ ਲਗਾਈਏ, ਔਰ ਇਹ ਜਨਾਬ ਨੋਨਾ ਲਵਾਈ, ਨੋਨਾ ਲਵਾਈ ਦੀ ਬਰਫੀ ਬੜੀ ਮਸ਼ਹੂਰ ਹੈ ਜੀ। ਥੋੜ੍ਹੀ ਜਿਹੀ ਬਰਫੀ ਵੀ ਚੈੱਕ ਕਰਨੇ ਆ ਜਨਾਬ, ਨਾਲ ਕੋਈ ਪਾਣੀ ਸ਼ਾਣੀ ਪੀਣੇ ਆ, ਔਰ ਥੋੜ੍ਹੀ ਜਿਹੀ ਰੈਸਟ ਕਰਨੇ ਆ। ਲਾਲਾ ਮੂਸਾ ਜਨਾਬ ਬਰਫੀ ਵਾਲਾ ਤਾਂ ਮਸ਼ਹੂਰ ਹੈ, ਬਾਕੀ ਸਾਡੇ ਲੋਕ ਫਨਕਾਰ ਆਰਫ ਲਵਾਰ ਸਾਹਿਬ ਦੇ ਜਨਾਬ ਵਾਲਦ ਆਲਮ ਲਵਾਰ ਸਾਹਿਬ, ਉਹਨਾਂ ਦੀ ਪੈਦਾਇਸ਼ ਵੀ ਇੱਥੇ ਹੋਈ ਹੈ, ਔਰ ਉਹਨਾਂ ਦੀ ਆਖਰੀ ਆਰਾਮਗਾਹ ਵੀ ਲਾਲਾ ਮੂਸਾ 'ਚ ਹੋਈ ਹੈ। ਔਰ ਲਓ ਜੀ, ਸਫ਼ਰ ਨੂੰ ਕਰਦੇ ਹਾਂ ਸ਼ੁਰੂ ਜੀ। ਵੀਡੀਓ ਨੂੰ ਐਂਡ ਤੱਕ ਦੇਖਣਾ ਜੀ, ਲਾਈਕ ਹੀ ਦੇਖਣਾ।
ਲਓ ਜੀ, ਇਹ ਗੁਜਰਾਤ ਪੁੱਲ ਆ ਗਿਆ, ਵਜ਼ੀਰਾਬਾਦ ਨੂੰ ਇੰਟਰ ਹੋ ਰਹੇ ਹਾਂ, ਔਰ ਇੱਥੇ ਵੀ ਉਹੀ ਹਾਲ ਹੈ, ਰਸਤੇ ਬੰਦ ਰੌਲਾ ਹੀ ਆ। ਚਨਾਰ ਦਾ ਪੁੱਲ ਆ ਗਿਆ, ਇਹਨੂੰ ਚੜ੍ਹ ਜਾ ਉੱਤੇ, ਹੁਣ ਉਤਰਨਾ ਪੈਣਾ ਜੀ। ਦੇਖ ਰਹੇ ਹੋ ਜੀ, ਇਹ ਜਨਾਬ ਪੁੱਲ ਹੈ, ਪਿੱਛੋਂ ਆਸਰਾ ਕਰਨਾ ਜੀ, ਕਰ ਲੇਗਾ ਖੈਰ ਜੀ। ਇਹ ਹਾਲ ਹੈ ਜੀ, ਬਿਲਕੁਲ ਨਾ ਜਿਹੜੇ ਟਰੱਕ ਫੁੱਟਪਾਥ ਨੇ ਨਾ ਉਹਨਾਂ 'ਤੇ ਚੜ੍ਹ ਕੇ ਅਸੀਂ ਗੁਜ਼ਰ ਰਹੇ ਹਾਂ, ਇਹ ਹਾਲ ਹੋਇਆ। ਅੱਗੇ ਦਾ ਨਹੀਂ ਪਤਾ, ਅੱਗੇ ਹੁਣ ਅਸੀਂ ਨਿਕਲ ਵੀ ਸਕਦੇ ਹਾਂ ਕਿ ਨਹੀਂ ਨਿਕਲ ਸਕਦੇ, ਫਿਲਹਾਲ ਫੁੱਟਪਾਥ 'ਤੇ ਜਾ ਰਹੇ ਹਾਂ, ਔਰ ਸਾਡੀ ਰਾਈਟ ਸਾਈਡ 'ਤੇ ਬਿਲਕੁਲ ਦਰਿਆ ਹੈ। ਅੱਲਾ ਪਾਕ ਗਰਕ ਕਰਦੇ ਇਸ ਹਕੂਮਤ ਨੂੰ, ਜ਼ਲੀਲ ਕਰਕੇ ਰੱਖ ਛੱਡਿਆ ਆਵਾਮ ਨੂੰ। ਅਤੇ ਦੇਖ ਰਹੇ ਹੋ ਜੀ, ਚਨਾਬ ਦਾ ਪੁੱਲ ਹੈ ਵਜ਼ੀਰਾਬਾਦ ਤੋਂ, ਅਤੇ ਉਹ ਲੋਕ ਨੇ ਕਿ ਜਿਹੜੇ ਨਾ ਘੰਟਿਆਂ ਤੱਕ ਵੀ ਨਿਕਲ ਨਹੀਂ ਸਕਦੇ, ਅਸੀਂ ਪਤਾ ਨਹੀਂ ਫੁੱਟਪਾਥਾਂ ਤੋਂ ਕਿਸ ਤਰ੍ਹਾਂ ਮੋਟਰਸਾਈਕਲ ਚੁੱਕ ਕੇ ਅਤੇ ਕੱਢ ਕੁੱਢ ਕੇ ਨਿਕਲਦੇ ਪਏ ਹਾਂ। ਇੱਕ ਸਾਈਡ ਸਾਡੇ ਦਰਿਆ ਹੈ, ਉਖੜੇ ਨਹੀਂ, ਜਗ੍ਹਾ ਗਏ ਨਹੀਂ, ਪੈਸਿਆਂ ਘੁੰਮਦਾ ਨੂੰ ਕੀ ਕਰਨਾ ਜੀ, ਅਜ਼ਾਬ ਹੈ ਹਕੂਮਤ, ਤੰਗ ਆ ਗਿਆ ਜੀ, ਅੱਜ ਬਿਲਕੁਲ ਐਂਡ ਹੋ ਗਿਆ ਸਾਡਾ ਵੀ। ਡੀ ਚੌਕ ਇਸਲਾਮਾਬਾਦ ਮਸਲਾ ਪੂਰੇ ਮੁਲਕ ਨੂੰ ਜਾਮ ਕਰਕੇ ਰੱਖ ਛੱਡਿਆ, ਕੋਈ ਬੰਦਾ ਹੀ ਆਖਣ ਵੇਖਣ ਵਾਲਾ ਕੋਈ ਨਹੀਂ, ਨੈਟਵਰਕ ਉਹਨਾਂ ਬੰਦ ਕਰ ਛੱਡਿਆ ਜੀ, ਫੜ ਫੜ ਕੇ ਲੋਕਾਂ ਨੂੰ ਅੰਦਰ ਕਰੀ ਜਾ ਰਹੇ ਨੇ।
ਬੜੀ ਮੁਸ਼ਕਿਲ ਨਾਲ ਜੀ ਤਕਰੀਬਨ ਇੱਕ ਘੰਟਾ ਲੱਗ ਗਿਆ ਜਨਾਬ ਚਨਾਬ ਦਾ ਸਾਨੂੰ ਪੁਲ ਕਰਾਸ ਕਰਨਾ, ਅਤੇ ਅੱਲਾ ਖੈਰ ਕੀਤੀ ਜਨਾਬ ਪੁਲ ਕਰਾਸ ਕਰ ਗਿਆ ਅਤੇ ਬਾਕੀ ਸਫ਼ਰ ਸਾਡਾ ਥੋੜ੍ਹਾ ਹੀ ਰਹਿ ਗਿਆ ਜੀ, ਟਾਈਮ ਵੀ ਜਨਾਬ ਰਾਤ ਦਾ ਹੋ ਗਿਆ। ਅਤੇ ਚਲੋ ਜੀ ਅੱਗੇ ਵਜ਼ੀਰਾਬਾਦ ਅਤੇ ਵਜ਼ੀਰਾਬਾਦ ਗੁਜਰਾਨ ਵਾਲਾ ਸਫ਼ਰ ਜਾਰੀ। ਲਓ ਜੀ ਵੈਲਕਮ ਟੂ ਗੁਜਰਾਂਵਾਲਾ ਜੀ, ਗੁਜਰਾਂਵਾਲਾ ਪਹੁੰਚ ਗਏ ਜੀ। ਇਹ ਕੈਂਟ ਦਾ ਏਰੀਆ ਜੀ, ਗੁਜਰਾਂਵਾਲਾ ਕੈਂਟ, ਰਾਹ ਵਾਲੀ ਕੈਂਟ, ਔਰ ਸਾਡਾ ਸਟੇਜ ਜਨਾਬ ਰਾਹ ਵਾਲੀ ਕੈਂਟ ਹੋਏਗਾ। ਪਰ ਕੈਂਟ ਹੀ ਅਸੀਂ ਰੁਕਣਾ ਗੁਜਰਾਂਵਾਲਾ, ਔਰ ਹੁਣ ਤੁਸੀਂ ਪੁੱਛੋਗੇ ਗੁਜਰਾਂਵਾਲੇ ਬਾਰੇ ਨਾਲ ਕਿਹੜੀ ਜਗ੍ਹਾ ਮਸ਼ਹੂਰ ਹੈ। ਗੁਜਰਾਂਵਾਲਾ ਮਸ਼ਹੂਰ ਹੈ ਜੀ, ਪਹਿਲਵਾਨਾਂ ਦਾ ਸ਼ਹਿਰ ਹੈ ਜੀ, ਤਰੀਖੀ ਸ਼ਹਿਰ ਹੈ, ਔਰ ਪਹਿਲਵਾਨਾਂ ਦਾ ਸ਼ਹਿਰ। ਇਸ ਤੋਂ ਇਲਾਵਾ ਵੀ ਕਾਫੀ ਸਾਰੇ ਪੱਖੇ, ਇਸਤਰੀਆਂ ਔਰ ਕੱਪੜੇ ਦਾ ਕਾਰੋਬਾਰ ਇਹ ਨਹੀਂ। ਅੱਗੇ ਅਗਲਾ ਇਹ ਪਹਿਲਾ ਗੇਟ ਹੈ ਨਾ, ਅਤੇ ਕਾਫੀ ਜਿਹੜੀਆਂ ਹੋਰ ਚੀਜ਼ਾਂ ਨੇ ਇੱਥੇ ਬਣਦੀਆਂ ਨੇ, ਔਰ ਗੋਲਡਨ ਪੰਪ ਜਿਹੜੀਆਂ ਮੋਟਰਾਂ ਵਗੈਰਾ ਅਸੀਂ ਲਾਉਂਦੇ ਹਾਂ ਘਰਾਂ 'ਚ, ਉਹ ਮਸ਼ਹੂਰ ਨੇ ਗੁਜਰਾਂਵਾਲਾ ਦੀਆਂ ਪੂਰੇ ਪਾਕਿਸਤਾਨ 'ਚ। ਜਿਸ ਤਰ੍ਹਾਂ ਗੁਜਰਾਤ ਮਸ਼ਹੂਰ ਹੈ ਅਤੇ ਪੱਖਿਆਂ ਨੂੰ, ਇਸ ਤਰ੍ਹਾਂ ਇੱਥੇ ਵੀ ਪੱਖੇ ਬਣਦੇ ਨੇ, ਇੱਥੇ ਕੱਪੜੇ ਦਾ ਕਾਰੋਬਾਰ ਵੀ ਹੈ, ਇੱਥੇ ਮੋਟਰਾਂ, ਇੱਥੇ ਹੋਰ ਕਾਫੀ ਸਾਰੇ। ਅਤੇ ਉਸ ਹਵਾਲੇ ਨਾਲ ਅਤੇ ਗੁਜਰਾਂਵਾਲਾ ਕਾਫੀ ਅਹਿਮੀਅਤ ਰੱਖਦਾ ਸ਼ਹਿਰ, ਲਾਹੌਰ ਤੋਂ ਤਕਰੀਬਨ 70 ਕਿਲੋਮੀਟਰ ਸ਼ਮਾਲ ਦੀ ਤਰਫ ਹੈ, ਔਰ ਵਜ਼ੀਰਾਬਾਦ ਤੋਂ 20 ਕਿਲੋਮੀਟਰ ਜਨੂਬ ਦੀ ਤਰਫ। ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਸਿਆਲ ਐਡਵੈਂਚਰ, ਸਿਆਲ SIAL ਸਿਆਲ ਐਡਵੈਂਚਰ, ਸਿਆਲ। ਹਾਂ ਬਸ ਆ ਗਏ ਵਿੱਚ ਤੁਸੀਂ। ਲਓ ਜੀ ਇਹ ਕੈਂਟ ਦਾ ਏਰੀਆ ਜੀ, ਰਾਹ ਵਾਲੀ ਕੈਂਟ, ਕੈਂਟ ਪਹੁੰਚ ਗਏ ਜੀ। ਕਿਆ ਖੂਬਸੂਰਤ ਰੋਡ ਨੇ, ਜਿਹੜਾ ਟਰਨ ਹੋਏਗਾ ਨਾ ਪਾਰ ਹੋ ਜਾਣਾ ਸੀ। ਹਾਂਜੀ